ਅਸਲਾਮ ਅਲੈਕੁਮ ਸੱਜਣੋ, ਕੀ ਹਾਲ ਨੇ? ਉਮੀਦ ਕਰਦਾ ਵਾਂ ਕਿ ਫਿੱਟ ਫਾਟ ਹੋ ਸੋ ਜਨਾਬੇ ਵਾਲਾ। ਇਸ ਫੀਲਡ ਨੂੰ ਪਾਣੀ ਪਹਿਲਾਂ ਲੱਗ ਚੁੱਕਿਆ। ਇਹ ਫੀਲਡ ਹੈ DBW 187 ਇੰਡੀਅਨ, ਔਰ ਇਸ ਦੇ ਬਾਰੇ ਇਹ ਦਾਅਵਾ ਕੀਤਾ ਜਾਂਦਾ ਹੈ ਕਿ 80+ ਮਣ ਪਰ ਏਕੜ ਯੀਲਡ ਦੇ ਜਾਂਦਾ। ਜਨਾਬੇ ਵਾਲਾ, ਪਹਿਲੇ ਪਾਣੀ ਅਤੇ ਇਸ ਨੂੰ 1 ਏਕੜ ਦਾ ਪਲਾਟ ਅਤੇ 1 ਬੋਰੀ ਯੂਰੀਆ ਦਿੱਤੀ ਗਈ ਹੈ, ਔਰ ਜਨਾਬੇ ਵਾਲਾ ਇਸ ਟਾਈਮ ਇਸ ਦੀ ਟਿਲਰਿੰਗ ਸਟਾਰਟ ਹੈ। ਔਰ ਇਹ ਐਵਰੇਜ ਟਿਲਰ ਬਣਾ ਜਾਂਦਾ ਜੀ 35 ਤੋਂ ਲੈ ਕੇ 45 ਤੱਕ, ਔਰ ਮੈਕਸੀਮਮ 55 ਤੱਕ ਇਹਦੀ ਟਿਲਰਿੰਗ ਜਾਂਦੀ ਹੈ। ਇਸ ਟਾਈਮ ਤੁਹਾਨੂੰ ਵਿਖਾਉਂਦੇ ਹਾਂ ਕਿ ਇਹਦੇ ਜਨਾਬ ਟਿਲਰ ਜਿਹੜੇ ਨੇ ਤਕਰੀਬਨ 2-2 ਟਿਲਰ ਇਹਦੇ ਹੋ ਚੁੱਕੇ ਨੇ, ਕਈ ਜਗ੍ਹਾ 'ਤੇ 3 ਵੀ ਹੈ। ਇਹ ਵੇਖੋ ਜਨਾਬੇ ਵਾਲਾ, ਜ਼ਬਰਦਸਤ ਕਿਸਮ ਦੀ ਟਿਲਰਿੰਗ ਸਟਾਰਟ ਹੋ ਚੁੱਕੀ, ਔਰ ਪਹਿਲੇ ਪਾਣੀ ਤੋਂ ਬਾਅਦ ਇਸ ਦੀ ਇਹ ਪੋਜੀਸ਼ਨ ਹੈ। ਇਨਸ਼ਾ ਅੱਲਾਹ ਤਾਲਾ ਇਹ ਇਸ ਖੇਤ ਦੀਆਂ ਵੀਡੀਓਜ਼ ਸੱਜਣਾਂ ਦੇ ਨਾਲ ਗਾਏ ਬਗਾਏ ਹਰ ਲਮ੍ਹੇ ਦੀ ਸ਼ੇਅਰ ਕਰਦਾ ਰਹਾਂਗਾ। ਔਰ ਇਹ ਵੀਡੀਓ ਜਿਹੜੀ ਹੈ ਇਹ ਤੁਹਾਨੂੰ ਵਿਖਾ ਰਿਹਾ ਕਿ ਇਸ ਦੀ ਜਨਾਬ ਪਹਿਲੇ ਪਾਣੀ ਤੋਂ ਬਾਅਦ ਟਿਲਰਿੰਗ ਸਟਾਰਟ ਹੋ ਚੁੱਕੀ ਹੈ। ਇਹ ਵੇਖੋ ਜੀ, ਇਸ ਤਰ੍ਹਾਂ ਜਨਾਬ ਇਸ ਦੀ ਟਿਲਰਿੰਗ ਸਟਾਰਟ ਹੋ ਚੁੱਕੀ ਹੈ। ਜ਼ਬਰਦਸਤ ਕਿਸਮ ਦੀ ਟਿਲਰਿੰਗ, DBW 187 ਇੰਡੀਅਨ। ਸੱਜਣੋ, ਇਸ ਦੀ ਕੀ ਪੋਜੀਸ਼ਨ ਸੀ ਪਹਿਲੇ ਪਾਣੀ ਤੋਂ ਬਾਅਦ, ਔਰ ਇਹਦੀ ਟਿਲਰਿੰਗ ਕੈਸੀ ਹੋਈ ਹੈ? ਇਹ ਹੀ ਸਿਰਫ ਤੁਹਾਡੇ ਨਾਲ ਸ਼ੇਅਰ ਕਰਨਾ ਸੀ। ਇਨਸ਼ਾ ਅੱਲਾਹ ਤਾਲਾ ਇਸ ਖੇਤ ਦੀ ਸਟੈਪ ਬਾਏ ਸਟੈਪ ਹਰ ਕਿਸਮ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ, ਔਰ ਸੱਜਣਾਂ ਨੂੰ ਦੱਸਦੇ ਰਹਾਂਗੇ ਕਿ ਸਾਡੇ ਕੋਲ ਇਸ ਦੀ ਕੀ ਪੋਜੀਸ਼ਨ ਹੈ। ਇਸ ਦੇ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਹਾਈ ਯੀਲਡ ਵਰਾਇਟੀਆਂ ਦੇ ਅੰਦਰ ਸ਼ਾਮਲ ਹੈ, ਔਰ ਇਸ ਦੀ ਜਨਾਬ ਟਿਲਰਿੰਗ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਔਰ ਇਸ ਦਾ 70 ਤੋਂ ਲੈ ਕੇ 80 ਤੱਕ ਪਰ ਏਕੜ 70 ਤੋਂ 80 ਮਣ ਇਸ ਦੀ ਯੀਲਡ ਆਉਂਦੀ ਹੈ। ਸੱਜਣੋ, ਇਹ ਤਕਰੀਬਨ ਪਹਿਲਾ ਪਾਣੀ ਲੱਗਣ ਤੋਂ ਬਾਅਦ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਹੈ। ਇਨਸ਼ਾ ਅੱਲਾਹ ਤਾਲਾ ਇਸ ਤੋਂ ਬਾਅਦ ਮਜ਼ੀਦ ਜਦੋਂ ਇਸ ਦੀ ਪਾਣੀ ਇਹਨੂੰ ਲਾਵਾਂਗੇ ਦੂਸਰਾ, ਔਰ ਇਸ ਦੀ ਪੋਜੀਸ਼ਨ ਔਰ ਇਸ ਦੀ ਟਿਲਰਿੰਗ ਔਰ ਇਸ ਦੀ ਕੋਈ ਬਿਮਾਰੀ ਆਈ ਹੈ ਜਾਂ ਨਹੀਂ ਆਈ, ਉਹ ਸਾਰੀ ਡਿਟੇਲ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਫਾਰਮਰਸ ਨੂੰ ਨਵੀਆਂ ਨਵੀਆਂ ਵਰਾਇਟੀਜ਼ ਲਾਉਣੀਆਂ ਚਾਹੀਦੀਆਂ ਨੇ ਤਾਂ ਜੇ ਜ਼ਿਆਦਾ ਤੋਂ ਜ਼ਿਆਦਾ ਪੈਦਾਵਾਰ ਲੈ ਕੇ ਮੁਲਕੀ ਜ਼ਰੂਰੀਅਤ ਨੂੰ ਪੂਰਾ ਕੀਤਾ ਜਾ ਸਕੇ। ਅਤੇ ਹਾਈ ਯੀਲਡ ਵਰਾਇਟੀਜ਼ ਜਿਹੜੀਆਂ ਨੇ ਉਹ ਤਕਰੀਬਨ ਸਾਰੀਆਂ ਅਗੇਤੀਆਂ ਆਉਂਦੀਆਂ ਦੋਸਤੋ। DBW 187 ਵੀ ਅਗੇਤੀ ਵਰਾਇਟੀ ਹੈ ਔਰ ਹਾਈ ਯੀਲਡ ਵਰਾਇਟੀ ਹੈ। ਸੱਜਣੋ, ਸਾਡੇ ਕੋਲ ਇਹ ਇਸ ਵਾਰੀ ਫਿਰ ਲੱਗੀ ਹੋਈ ਹੈ, ਕਈ ਪਲਾਟ ਉਸ ਤੋਂ ਬਾਅਦ ਵੀ ਕਈ ਪਲਾਟ ਨੇ। ਇਨਸ਼ਾ ਅੱਲਾਹ ਤਾਲਾ ਤੁਹਾਡੇ ਨਾਲ ਵਕਤਨ ਫਵਕਤਨ ਇਸ ਦੀ ਪੋਜੀਸ਼ਨ ਸ਼ੇਅਰ ਕਰਦੇ ਰਹਾਂਗੇ ਕਿ ਇਸ ਦੀ ਕਿਸ ਤਰ੍ਹਾਂ ਦੀ ਪੋਜੀਸ਼ਨ ਹੈ। ਮਜ਼ੀਦ ਵੇਖੋ ਜੀ, ਮਾਸ਼ਾ ਅੱਲਾਹ ਜਰਮੀਨੇਸ਼ਨ ਬਹੁਤ ਜ਼ਬਰਦਸਤ ਸੀ, ਔਰ ਹੁਣ ਟਿਲਰਿੰਗ ਵੀ ਇਸ ਦੀ ਬਹੁਤ ਜ਼ਬਰਦਸਤ ਸਟਾਰਟ ਹੋ ਚੁੱਕੀ ਹੈ। 2 ਤੋਂ 3 ਤੱਕ ਤੀਲੇ 1 ਦਾਣੇ 'ਚੋਂ ਬਣ ਚੁੱਕੇ ਨੇ। ਮਜ਼ੀਦ ਜਿਹੜੀ ਅਪਡੇਟ ਉਹ ਵੀ ਇਨਸ਼ਾ ਅੱਲਾਹ ਸਦਨਾਂ ਨਾਲ ਸ਼ੇਅਰ ਕਰਦੇ ਰਹਾਂਗੇ। ਇੰਤਜ਼ਾਰ ਕਰੋ ਆਉਣੇ ਵਾਲੀ ਵੀਡੀਓ ਦਾ। ਉਸ ਵੀਡੀਓ ਦਾ ਕਿ ਜ਼ਿਆਦਾ ਰੱਬ ਰੱਖਾ। ਅੱਲਾਹ ਹਾਫਿਜ਼। ਅਸਲਾਮ ਅਲੈਕੁਮ।